ਮੇਰਾ ਸਫ਼ਰ ਭਾਅ ਜੀ ਐਕਟਿੰਗ ਦਾ 2015 ਤੋਂ ਸਟਾਰਟ ਹੋਇਆ, ਮੇਰੀ ਸਟਰਗਲ ਉਦੋਂ ਤੋਂ ਹੀ ਚੱਲ ਰਹੀ ਹੈ, ਤਾਂ ਫਾਈਨਲੀ ਹੁਣ 2022-23 ਦੇ ਵਿੱਚ ਜਾ ਕੇ ਵਾਰੀ ਆਈ, ਭਾਅ ਜੀ ਨੇ ਮੌਕਾ ਦਿੱਤਾ, ਕ੍ਰਾਈਮ ਪੈਟਰੋਲ ਤੋਂ ਲੈ ਕੇ ਸਾਰਾ ਕੁਛ ਹੀ ਕੀਤਾ। ਬਟ ਜਿਹੜੀਆਂ ਮੇਜਰ ਫਿਲਮਾਂ ਮੈਂ ਕੀਤੀਆਂ ਆਪਣੀ ਇੰਡਸਟਰੀ ਦੇ ਵਿੱਚ ਉਹ ਜਗਦੀਪ ਸਿੱਧੂ ਬਾਈ ਦੇ ਨਾਲ ਸੀਗੀਆਂ ਜੀ, ਲੇਖ ਅਤੇ ਸ਼ੇਰ ਬੱਗਾ ਕੀਤੀ, ਫਿਰ ਸਿੱਧੂ ਮੂਸੇ ਵਾਲੇ ਬਾਈ ਦਾ ਗਾਣਾ ਕੀਤਾ ਇੱਕ ਅਨਫਕਵੇਦੇਬਲ, ਉਹਦਾ ਤੁਸੀਂ ਟੀਜ਼ਰ ਦੇਖ ਸਕਦੇ ਹੋ। ਇੱਕ ਪੋਜ਼ਿਟਿਵ ਖਿਆਲਾਂ ਵਾਲੀ ਕੁੜੀ ਆ ਮੇਰਾ ਰੋਲ, ਇੱਕ ਜ਼ਿੰਦਗੀ ਨੂੰ ਸੋਹਣੇ ਨਜ਼ਰੀਏ ਨਾਲ ਚੰਗੇ ਢੰਗ ਨਾਲ ਖੁਸ਼ ਦਿਲ ਹੋ ਕੇ ਜੀਣ ਵਾਲੀ ਆ, ਹਰ ਚੀਜ਼ 'ਚ ਪੋਜ਼ਿਟਿਵਿਟੀ ਲੱਭਦੀ ਆ, ਕੁਛ ਇਸ ਤਰ੍ਹਾਂ ਦਾ ਪੋਜ਼ਿਟਿਵ ਕਰੈਕਟਰ ਆ ਮੈਂ। ਅਸੀਂ ਆਪਦੀ ਬੇਸਿਕਲੀ ਫਿਲਮ ਦੇ ਵਿੱਚ ਸਾਡੇ ਕੰਟੈਕਸਟ ਦੇ ਵਿੱਚ ਇਹਦਾ ਇਹ ਮਤਲਬ ਹੈ ਵੀ ਤੁਹਾਡੀ ਇੰਟੈਂਸ਼ਨ ਕੀ ਆ ਜ਼ਿੰਦਗੀ ਨੂੰ ਜੀਣ ਦੀ, ਤੁਹਾਡਾ ਪਲੈਨ ਕੀ ਆ ਵੀ ਤੁਸੀਂ ਲਾਈਫ 'ਚ ਅੱਗੇ ਕਿਵੇਂ ਵਧਣਾ। ਅਸੀਸ ਦੇਖ ਕੇ ਮੈਂ ਆਇਆ ਸੀ, ਮੈਨੂੰ ਯਾਦ ਹੈ, ਅਤੇ ਮੈਂ ਅਸੀਸ ਦੇਖੋ ਤੋਂ ਕੰਮ ਮਿਲਦਾ ਨਹੀਂ ਹੁੰਦਾ ਸੀ ਭਾਅ ਜੀ, ਆਡੀਸ਼ਨ ਦੇਈਦੇ ਸੀਗੇ ਹਰ ਜਗ੍ਹਾ, ਜੇ ਕਲੀਅਰ ਵੀ ਹੋ ਜਾਂਦਾ ਸੀ ਐਕਟਰ ਕੋਈ ਹੋਰ ਹੀ ਰੱਖ ਲਿਆ ਜਾਂਦਾ ਸੀ, ਤਾਂ ਭਾਅ ਜੀ ਨੂੰ ਉੱਦਾਂ ਹੀ ਆਊਟ ਐਜ਼ ਅ ਫੈਨ, ਉੱਦਾਂ ਹੀ ਕਰਿਓਸਿਟੀ ਦੇ ਬੇਸਿਸ 'ਤੇ ਭਾਅ ਜੀ ਨੂੰ ਇੰਸਟਾਗ੍ਰਾਮ 'ਤੇ ਮੈਸੇਜ ਕੀਤਾ ਸੀ ਵੀ ਭਾਅ ਜੀ ਮੈਂ ਤੁਹਾਡੇ ਨਾਲ ਇੱਕ ਦਿਨ ਕੰਮ ਕਰੂੰਗਾ। 5 ਸਾਲ ਪਹਿਲਾਂ ਦੀ ਗੱਲ ਹੈ, ਹੁਣ ਜਦੋਂ ਸਾਡਾ ਪੋਸਟਰ ਆਇਆ ਮੈਂ ਉਸ ਦਿਨ ਉਹ ਸਕਰੀਨਸ਼ਾਟ ਵੀ ਆਪਦੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ। ਮੇਰੇ ਅਤੇ ਮੇਰੇ ਫਾਦਰ ਵਿੱਚ ਜਿਹੜੀਆਂ ਚੀਜ਼ਾਂ ਚੱਲਦੀਆਂ ਨੇ ਵੀ ਨਾ ਤਾਂ ਹੁਣ ਮੈਂ 25-26 ਸਾਲ ਦੀ ਉਮਰ ਦਾ ਹੋ ਗਿਆ, ਨਾ ਤਾਂ ਆਪਦੀ ਉਹ ਨੇਚਰ ਚੇਂਜ ਕਰ ਸਕਦਾ, ਪਰ ਪਤਾ ਵੀ ਹੈ ਵੀ ਕੁਛ ਚੀਜ਼ਾਂ ਗਲਤ ਨੇ ਕੁਛ ਚੰਗੀਆਂ ਨੇ। ਯਾਰ ਆਪਾਂ ਆਮ ਹੀ ਦੇਖਦੇ ਹਾਂ ਵੀ ਇਹਨਾਂ ਕੋਲ ਇੰਨੇ ਰਿਸੋਰਸਿਸ ਨੇ, ਘਰੋਂ ਵਧੀਆ ਨੇ ਸਾਰਾ ਕੁਛ, ਫਿਰ ਵੀ ਐਂ ਕਦੋਂ ਜਿਉਂਦੇ ਨੇ, ਆਪਾਂ ਕੁਐਸਚਨ ਕਰਦੇ ਨੇ ਯਾਰ ਇਹਨਾਂ ਨੂੰ ਐਂ ਕੀ ਲੋੜ ਆ ਕਰਨ ਦੀ, ਯਾਰ ਵੀ ਖੁਸ਼ ਰਹੋ ਯਾਰ, ਬਿਨਾਂ ਗੱਲੋਂ ਹੀ ਤੁਸੀਂ ਆਪਦੇ ਆਪ ਨੂੰ ਇੰਨਾ ਦਬਾ ਕੇ ਕਦੋਂ ਰੱਖਿਆ ਹੋਇਆ। ਸਾਡਾ ਇਹ ਖਰਾ ਇਰਾਦਾ, ਸਾਡੇ ਇਰਾਦੇ ਖਾਤਰ ਤੇਰੀ ਹਾਂ ਮੰਗਦੇ ਹਾਂ, ਬਣ ਕੇ ਲਲਾਰੀ ਆਪਣੇ ਰੰਗਾਂ ਵਿੱਚ ਰੰਗਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਮੈਂ ਭੁਪਿੰਦਰ ਗਰੇਵਾ, ਡੇਲੀ ਪੋਸਟ ਪੰਜਾਬੀ, ਤੁਹਾਡਾ ਸਵਾਗਤ ਹੈ ਜੀ। ਅਕਸਰ ਹੀ ਜਿਹੜੀਆਂ ਅੱਜ ਕੱਲ੍ਹ ਦੀਆਂ ਪੰਜਾਬੀ ਫਿਲਮਾਂ ਆਉਂਦੀਆਂ ਨੇ ਔਰ ਮੀਨਿੰਗਫੁੱਲ ਫਿਲਮਾਂ ਬਹੁਤ ਹੀ ਘੱਟ ਆਉਂਦੀਆਂ, ਔਰ ਜੇ ਆਪਾਂ ਗੱਲ ਕੀਤੀ ਜਾਵੇ ਕੁਝ ਚੁਣਿੰਦਾ ਫਿਲਮਾਂ ਨੇ ਜਿਨ੍ਹਾਂ ਦੇ ਵਿੱਚ ਅਸੀਸ ਹੋ ਗਈ, ਮਾਂ ਹੋ ਗਈ, ਜਾਂ ਆਪਣੇ ਸਭ ਤੋਂ ਵੱਡੀ ਜਿਹੜੀ ਅਰਦਾਸ, ਉਹ ਆਪਾਂ ਨੂੰ ਸਭ ਨੂੰ ਯਾਦ ਹੈ, ਔਰ ਇਹਨਾਂ ਨੂੰ ਜਿਹੜੇ ਲਿਖਣ ਵਾਲੇ ਨੇ ਉਹ ਵੀ ਸਾਨੂੰ ਯਾਦ ਨੇ, ਔਰ ਉਹਨਾਂ ਦੀ ਡਾਇਰੈਕਸ਼ਨ ਦੇ ਵਿੱਚ ਹੀ ਇੱਕ ਨਵੀਂ ਫਿਲਮ ਮਨਸੂਬਾ ਆ ਰਹੀ ਹੈ, ਔਰ ਮੇਰੇ ਨਾਲ ਫਿਲਮ ਦੀ ਸਟਾਰ ਕਾਸ ਹੈ। ਔਰ ਜੇ ਆਪਾਂ ਗੱਲ ਕੀਤੀ ਜਾਵੇ ਜਿਹੜੀ ਇਹ ਫਿਲਮ ਹੈ ਇਹ ਕਿਸ 'ਤੇ ਆਧਾਰਿਤ ਹੈ, ਕਦੋਂ ਬਣੀ, ਇਹ ਇਹਨਾਂ ਤੋਂ ਪੁੱਛਦੇ ਹਾਂ, ਔਰ ਮੇਰੇ ਨਾਲ ਨਵਦੀਪ ਜੀ ਨੇ। ਸੋ ਪਹਿਲਾਂ ਤਾਂ ਡੇਲੀ ਪੁਸ਼ ਪੰਜਾਬੀ ਤੁਹਾਡਾ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ, ਤੁਹਾਡੇ ਸਾਰੇ ਵਿਊਅਰਸ ਨੂੰ ਵੀ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਜੇ ਗੱਲ ਕੀਤੀ ਜਾਵੇ ਫਿਲਮ ਦੀ, ਤੁਸੀਂ ਇਸ ਤੋਂ ਪਹਿਲਾਂ ਮਤਲਬ ਜੇ ਨਿਊ ਕਮਰ ਆਪਾਂ ਕਹੀਏ, ਇਹ ਕੋਈ ਉਹ ਨਹੀਂ ਹੋਏਗਾ ਵੀ ਔਕਵਰਡ ਨਹੀਂ ਲੱਗੇਗਾ, ਅਤੇ ਇਸ ਤੋਂ ਪਹਿਲਾਂ ਤੁਸੀਂ ਕਿਸੇ ਪਿਕਚਰ ਦੇ ਵਿੱਚ, ਕਿਸੇ ਸੀਰੀਅਲ ਦੇ ਵਿੱਚ ਕੋਈ ਕੰਮ ਕੀਤਾ ਜੀ? ਜੀ ਮੇਰਾ ਸਫ਼ਰ ਭਾਅ ਜੀ ਐਕਟਿੰਗ ਦਾ 2015 ਤੋਂ ਸਟਾਰਟ ਹੋਇਆ, ਮੇਰੀ ਸਟਰਗਲ ਉਦੋਂ ਤੋਂ ਹੀ ਚੱਲ ਰਹੀ ਹੈ, ਤਾਂ ਫਾਈਨਲੀ ਹੁਣ 2022-23 ਦੇ ਵਿੱਚ ਜਾ ਕੇ ਵਾਰੀ ਆਈ, ਭਾਅ ਜੀ ਨੇ ਮੌਕਾ ਦਿੱਤਾ। ਅਦਰ ਦੈਨ ਦੈਟ ਮੈਂ ਪਹਿਲਾਂ ਸਭ ਕੁਛ ਹੀ ਕੀਤਾ ਭਾਅ ਜੀ, ਇੰਨੇ ਆਡੀਸ਼ਨ ਦਿੱਤੇ, ਕ੍ਰਾਈਮ ਪੈਟਰੋਲ ਤੋਂ ਲੈ ਕੇ ਸਾਰਾ ਕੁਛ ਹੀ ਕੀਤਾ। ਬਟ ਜਿਹੜੀਆਂ ਮੇਜਰ ਫਿਲਮਾਂ ਮੈਂ ਕੀਤੀਆਂ ਆਪਣੀ ਇੰਡਸਟਰੀ ਦੇ ਵਿੱਚ ਉਹ ਜਗਦੀਪ ਸਿੱਧੂ ਬਾਈ ਦੇ ਨਾਲ ਸੀਗੀਆਂ ਜੀ, ਲੇਖ ਅਤੇ ਸ਼ੇਰ ਬੱਗਾ ਕੀਤੀ, ਫਿਰ ਸਿੱਧੂ ਮੂਸੇ ਵਾਲੇ ਬਾਈ ਦਾ ਗਾਣਾ ਕੀਤਾ ਇੱਕ ਅਨਫਕਵੇਦੇਬਲ, ਉਹਦਾ ਤੁਸੀਂ ਟੀਜ਼ਰ ਦੇਖ ਸਕਦੇ ਹੋ। ਬਟ ਉਹ ਚਲੋ ਸਪੋਰਟਿੰਗ ਕਰੈਕਟਰ ਸੀਗੇ ਸਾਰਾ ਕੁਛ ਆ, ਫਿਰ ਅਨਟਿਲ ਫਾਈਨਲੀ ਹੁਣ ਭਾਅ ਜੀ ਨੂੰ 3-4 ਸਾਲ ਤੋਂ ਆਡੀਸ਼ਨਸ ਚੱਲਦੇ ਸੀ ਭਾਅ ਜੀ ਦੇ ਨਾਲ ਟੱਚ 'ਚ ਸੀਗੇ, ਅਤੇ ਇਹਨਾਂ ਨੂੰ ਕਰੈਕਟਰ ਹੀ ਲੱਗਿਆ ਅਤੇ ਮੇਨ ਲੀਡ 'ਤੇ ਭਾਅ ਜੀ ਨੇ ਮੌਕਾ ਦਿੱਤਾ। ਔਰ ਜੇ ਗੱਲ ਕੀਤੀ ਜਾਵੇ ਫਿਲਮਾਂ ਪਹਿਲਾਂ ਵੀ ਆਉਂਦੀਆਂ ਜੀ ਅਤੇ ਅੱਗੇ ਵੀ ਆਉਂਦੀਆਂ ਰਹਿਣਗੀਆਂ, ਪਰ ਜੇ ਆਪਾਂ ਗੱਲ ਮੂਵੀਜ਼ ਦੀ ਕੀਤੀ ਜਾਵੇ, ਫਿਲਮ ਦਾ ਨਾਮ ਆ ਮਨਸੂਬਾ, ਅਤੇ ਮਨਸੂਬਾ ਜਾਣੀ ਤਾਂ ਇੱਦਾਂ ਲੱਗਦਾ ਵੀ ਜਿਸ ਨੇ ਕੋਈ ਜਿਵੇਂ ਇੱਕ ਮਨਸੂਬਾ ਬਣਾਇਆ ਹੋਵੇ, ਮੈਂ ਆਹ ਚੀਜ਼ ਕਰਨੀ ਹੈ, ਜਿਹਦੇ ਵਿੱਚ ਮੀਨਿੰਗ ਤਾਂ ਇਹ ਹੀ ਬਣਦਾ। ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ?
ਮਨਸੂਬਾ ਤਾਂ ਭਾਅ ਜੀ ਬੇਸਿਕਲੀ ਦੇਖੋ ਸਾਡੇ ਉੱਦਾਂ ਇਨ ਜਨਰਲ ਮਤਲਬ ਆ ਪਲੈਨ ਅਤੇ ਇੰਟੈਂਸ਼ਨ, ਤੁਹਾਡੀ ਇੰਟੈਂਸ਼ਨ ਕੀ ਆ? ਅਸੀਂ ਆਪਦੀ ਬੇਸਿਕਲੀ ਫਿਲਮ ਦੇ ਵਿੱਚ ਸਾਡੇ ਕੰਟੈਕਸਟ ਦੇ ਵਿੱਚ ਇਹਦਾ ਇਹ ਮਤਲਬ ਹੈ ਵੀ ਤੁਹਾਡੀ ਇੰਟੈਂਸ਼ਨ ਕੀ ਆ ਜ਼ਿੰਦਗੀ ਨੂੰ ਜੀਣ ਦੀ, ਤੁਹਾਡਾ ਪਲੈਨ ਕੀ ਆ ਵੀ ਤੁਸੀਂ ਲਾਈਫ 'ਚ ਅੱਗੇ ਕਿਵੇਂ ਵਧਣਾ, ਕਿਹੜੇ ਡਿਸੀਜਨ ਕਿੱਦਾਂ ਦੀ, ਕਿੱਦਾਂ ਦਾ ਲਾਈਫ ਨੂੰ ਤੁਹਾਡੀ ਅਪਰੋਚ ਹੋਣੀ ਚਾਹੀਦੀ ਹੈ, ਸ਼ੁਕਰਾਨਾ ਕਰਨਾ, ਬਲੈਸਿੰਗ ਨੂੰ ਗਿਣਨਾ, ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਜਾਂ ਚੜ੍ਹਦੀ ਕਲਾ ਵਾਲੀ ਅਪਰੋਚ ਰੱਖਣੀ ਵੀ ਨੈਗੇਟਿਵ ਨਾ ਹੋਣਾ, ਸੋ ਇੰਟੈਂਸ਼ਨ ਦੀ ਗੱਲ ਕਰਦੀ ਹੈ ਵੀ ਦਿਲੋਂ ਤਕੜੇ ਰਹੋ, ਚੜ੍ਹਦੀ ਕਲਾ ਦੀ ਗੱਲ ਕਰਦੀ ਹੈ, ਸੋ ਇਹ ਹੈ ਮਨਸੂਬਾ ਦਾ ਮਤਲਬ ਸਾਡੀ ਫਿਲਮ ਦੇ ਕੰਟੈਕਸਟ 'ਚ ਜੀ। ਜੇ ਗੱਲ ਕੀਤੀ ਜਾਵੇ ਮੂਵੀਜ਼ ਦੀ, ਜਿਵੇਂ ਜਾਂ ਪੁਰਾਣੇ ਬਾਈ ਜੀ ਦੀ ਗੱਲ ਕੀਤੀ ਜਾਵੇ, ਇਹਨਾਂ ਦੀ ਡਾਇਰੈਕਸ਼ਨ ਦੇ ਵਿੱਚ ਦੋ ਤਿੰਨ ਫਿਲਮਾਂ ਆਈਆਂ ਪਹਿਲਾਂ ਵੀ, ਪਰ ਜੇ ਲਿਖਣ ਦੀ ਗੱਲ ਕੀਤੀ ਜਾਵੇ ਬਾਖੂਬੀ ਲਿਖਦੇ ਨੇ ਪਹਿਲਾਂ ਵੀ, ਔਰ ਇਹੋ ਜਿਹੀ ਕੋਈ ਮੇਰੇ ਹਿਸਾਬ ਨਾਲ ਬੰਦਾ ਨਹੀਂ ਹੋਏਗਾ ਪੰਜਾਬੀ, ਜੇ ਆਪਾਂ ਲੋਕਾਂ ਦੀ ਪੰਜਾਬੀਆਂ ਤੋਂ ਬਾਹਰ ਵੀ ਜੇ ਆਪਾਂ ਗੱਲ ਕੀਤੀ ਜਾਵੇ ਵੀ ਜਿਹਨੇ ਅਰਦਾਸ ਕਰਾਂ ਫਿਲਮ ਨਾ ਦੇਖੀ ਹੋਵੇ ਔਰ ਸਰਾਹਿਆ ਨਾ ਹੋਵੇ ਜੀ ਨੂੰ, ਔਰ ਤੁਸੀਂ ਕਿਵੇਂ ਕਹਿੰਦੇ ਹੋ, ਤੁਸੀਂ ਇੱਕ ਨਿਊ ਕਮਰ ਹੋ ਆਮ, ਜਿਵੇਂ ਪੰਜਾਬੀ ਇੰਡਸਟਰੀ ਦੇ ਵਿੱਚ ਨਿਊ ਕਮਰ ਨੂੰ ਛੇਤੀ ਕੋਈ ਨੇੜੇ ਨਹੀਂ ਲੱਗਣ ਦਿੰਦਾ, ਤੁਸੀਂ ਕਿਸ ਤਰ੍ਹਾਂ ਦਾ ਮਤਲਬ ਕਹਿੰਦੇ ਹੋ ਇਹ ਦੇਖ ਕੇ? ਮੈਨੂੰ ਅੱਜ ਵੀ ਯਾਦ ਹੈ ਭਾਅ ਜੀ ਦੇ ਸਿਨੇਮਾ ਨੂੰ ਸ਼ੁਰੂ ਤੋਂ ਹੀ ਇੰਨਾ ਪਸੰਦ ਕਰਦੇ ਆ, ਮੇਰੀ ਅੱਜ ਵੀ ਪੰਜਾਬੀ ਇੰਡਸਟਰੀ ਦੇ ਵਿੱਚ ਵਨ ਆਫ ਦ ਮਾਈ ਫੇਵਰੇਟ ਫਿਲਮ ਅਰਦਾਸ ਹੈ, ਜਿਹੜੀ ਅਰਦਾਸ ਪਹਿਲੀ ਸੀਗੀ ਜੀ। ਅਸੀਸ ਦੇਖ ਕੇ ਮੈਂ ਆਇਆ ਸੀ, ਮੈਨੂੰ ਯਾਦ ਹੈ ਤਾਂ ਮੈਂ ਅਸੀਸ ਦੇਖ ਉਦੋਂ ਕੰਮ ਮਿਲਦਾ ਨਹੀਂ ਹੁੰਦਾ ਸੀ ਭਾਅ ਜੀ, ਆਡੀਸ਼ਨ ਦੇਈਦੇ ਸੀਗੇ ਹਰ ਜਗ੍ਹਾ, ਜੇ ਕਲੀਅਰ ਵੀ ਹੋ ਜਾਂਦਾ ਸੀ ਐਕਟਰ ਕੋਈ ਹੋਰ ਹੀ ਰੱਖ ਲਿਆ ਜਾਂਦਾ ਸੀ, ਤਾਂ ਭਾਅ ਜੀ ਨੂੰ ਉੱਦਾਂ ਹੀ ਆਊਟ ਐਜ਼ ਅ ਫੈਨ, ਉੱਦਾਂ ਹੀ ਕਰਿਓਸਿਟੀ ਦੇ ਬੇਸਿਸ 'ਤੇ ਭਾਅ ਜੀ ਨੂੰ ਇੰਸਟਾਗ੍ਰਾਮ 'ਤੇ ਮੈਸੇਜ ਕੀਤਾ ਸੀ ਵੀ ਭਾਅ ਜੀ ਮੈਂ ਤੁਹਾਡੇ ਨਾਲ ਇੱਕ ਦਿਨ ਕੰਮ ਕਰੂੰਗਾ, 5 ਸਾਲ ਪਹਿਲਾਂ ਦੀ ਗੱਲ ਆ। ਹੁਣ ਜਦੋਂ ਸਾਡਾ ਪੋਸਟਰ ਆਇਆ, ਮੈਂ ਉਸ ਦਿਨ ਉਹ ਸਕਰੀਨਸ਼ਾਟ ਵੀ ਆਪਦੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਵੀ ਇੱਕ ਉੱਦਾਂ ਹੀ ਹੋਪਲੈਸ ਸੀਗਾ, ਉਦੋਂ ਮੈਂ ਕੰਮ ਮਿਲਦਾ ਨਹੀਂ ਸੀ, ਇੱਦਾਂ ਹੀ ਬਸ ਇੱਕ ਸਵਾਦ ਲੈਣ ਨੂੰ ਮੈਸੇਜ ਕੀਤਾ ਵੀ ਬਾਈ ਨੂੰ, ਬਾਈ ਨੇ ਰਿਪਲਾਈ ਵੀ ਕਰਤਾ ਸੀਗਾ ਵੀ ਜੀ, ਅਤੇ ਉਹ 5 ਸਾਲਾਂ ਬਾਅਦ ਚੀਜ਼ ਸੱਚ ਹੋਈ। ਸੋ ਮੈਂ ਤਾਂ ਬਹੁਤ ਲੱਕੀ ਮੰਨਦਾ ਐਜ਼ ਐਨ ਐਕਟਰ ਆਪਦੇ ਆਪ ਨੂੰ, ਕਿਉਂਕਿ ਸ਼ੁਰੂ ਤੋਂ ਅਪਰੋਚ ਹੀ ਭਾਜੀ ਇਹ ਰੱਖੀ ਹੈ ਵੀ 100 ਮਾੜੀਆਂ ਫਿਲਮਾਂ ਨਾਲੋਂ ਇੱਕ ਚੰਗੀ ਫਿਲਮ ਕੀਤੀ ਚੰਗੀ ਹੈ, ਬਟ ਮੇਨ ਲੀਡ 'ਤੇ ਪਹਿਲੀ ਗੱਲ ਤਾਂ ਫਿਲਮ ਮਿਲਣੀ, ਉੱਪਰੋਂ ਦੀ ਇੱਦਾਂ ਦੇ ਡਾਇਰੈਕਟਰ ਨਾਲ, ਇੱਦਾਂ ਦੇ ਰਾਈਟਰ ਨਾਲ, ਜਿਨ੍ਹਾਂ ਨੂੰ ਅਸੀਂ ਤਾਂ ਲੈਜੈਂਡ ਮੰਨਦੇ ਹਾਂ ਆਪਦੀ ਨਿਗਾਹ ਦੇ ਵਿੱਚ, ਜਿਨ੍ਹਾਂ ਨੂੰ ਦੇਖਦੇ ਅਸੀਂ ਵੱਡੇ ਹੋਏ ਹਾਂ, ਤਾਂ ਇੰਡਸਟਰੀ ਦੇ ਵਿੱਚ ਵੀ ਉਹਨਾਂ ਦਾ ਹੈ ਨਾ ਰੁਤਬਾ ਜੋ ਵੀ ਤੁਹਾਨੂੰ ਪਤਾ ਹੀ ਆ, ਤਾਂ ਬਹੁਤ ਜ਼ਿਆਦਾ ਲੱਕੀ ਮੰਨਦਾ ਮੈਂ ਵੀ ਅਤੇ ਮਨਜੋਤ ਵੀ ਸਾਨੂੰ ਇੱਥੋਂ ਸਾਡੀ ਸ਼ੁਰੂਆਤ ਹੋਈ, ਭਾਅ ਜੀ ਦੀ ਡਾਇਰੈਕਸ਼ਨ ਅੰਡਰ, ਭਾਅ ਜੀ ਦੇ ਲਿਖੇ ਕਰੈਕਟਰਸ, ਭਾਅ ਜੀ ਦੀ ਗਾਈਡੈਂਸ, ਬਹੁਤ ਵੱਡੀ ਗੱਲ ਆ। ਜੇ ਮਨਜੋਤ ਜੀ ਗੱਲ ਤੁਹਾਡੇ ਨਾਲ ਵੀ ਕੀਤੀ ਜਾਵੇ, ਪਹਿਲਾਂ ਤੁਹਾਡਾ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਦੇਖਣ ਵਾਲੇ ਸਾਰੇ ਵਿਊਅਰਸ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੁਸੀਂ ਕਿੱਦਾਂ ਕਰੋਗੇ, ਤੁਹਾਡੀ ਵੀ ਪਹਿਲੀ ਫਿਲਮ ਹੀ ਹੈ, ਔਰ ਜੇ ਆਪਾਂ ਬਾਈ ਜੀ ਰਾਣੇ ਬਾਈ ਜੀ ਉਹਨਾਂ ਦੀ ਗੱਲ ਕੀਤੀ ਜਾਵੇ, ਉਹਨਾਂ ਦਾ ਜਿਹੜਾ ਕੰਮ ਕਰਾਉਣ ਦਾ ਢੰਗ ਹੈ, ਜਿੱਥੇ ਤੱਕ ਮੈਂ ਜਾਣਦਾ ਉਹਨਾਂ ਨੂੰ ਇੰਨੇ ਚਿਰ ਦਾ, ਕਿਉਂਕਿ ਉਹ ਇੱਕ ਥੀਏਟਰ ਨਾਲ ਜੁੜੇ ਹੋਏ ਨੇ, ਕਿਉਂਕਿ ਥੀਏਟਰ ਨਾਲ ਜਿਹੜਾ ਬੰਦਾ ਜੁੜਿਆ ਉਹਨੂੰ ਹੁੰਦਾ ਵੀ ਪੂਰਾ ਵਧੀਆ ਪਰਫੈਕਟ ਚੀਜ਼ ਕੰਮ ਹੋਵੇ, ਝੜਕਣਾ ਵੀ ਹੁੰਦਾ ਸਭ ਕੁਛ, ਕਿੱਦਾਂ ਦੀ ਥੋੜ੍ਹੀ ਜਰਨੀ ਰਹੀ? ਮੇਰੀ ਜਰਨੀ ਬਹੁਤ ਕਮਾਲ ਦੀ ਰਹੀ ਜੀ, ਐਜ਼ ਅ ਬਿਗਨਰ, ਐਜ਼ ਅ ਨਿਊ ਕਮਰ, ਮੇਰੀ ਇਹ ਐਜ਼ ਅ ਲੀਡ ਫਸਟ ਫਿਲਮ ਹੈਗੀ ਆ, ਅਤੇ ਇੰਨਾ ਕੁਛ ਸਿੱਖਣ ਨੂੰ ਮਿਲਿਆ, ਇੰਨੀ ਸੋਹਣੀ ਟੀਮ ਦੇ ਨਾਲ ਕੰਮ ਕਰਨ ਨੂੰ ਮੌਕਾ ਮਿਲਿਆ, ਮੇਰਾ ਐਕਸਪੀਰੀਅੰਸ ਬੈਸਟ ਸੀਗਾ, ਬਹੁਤ ਕੁਝ ਸਿੱਖਿਆ, ਆਈ ਐਮ ਸੋ ਗ੍ਰੇਟਫੁਲ ਕਿ ਮੈਨੂੰ ਇੰਨੀ ਸੋਹਣੀ ਟੀਮ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਜੀ। ਹੋਰ ਜੇ ਗੱਲ ਕੀਤੀ ਜਾਵੇ, ਫਿਲਮ ਦਾ ਟ੍ਰੇਲਰ ਆ ਚੁੱਕਿਆ, ਬੇ ਸਭ ਨੇ ਦੇਖ ਹੀ ਲਿਆ ਹੈ, ਔਰ ਜੇ ਆਪਾਂ ਗੱਲ ਕੀਤੀ ਜਾਵੇ ਇਹਦੇ 'ਚ ਤੁਹਾਡਾ ਜਿਹੜਾ ਟ੍ਰੇਲਰ ਦੇ ਵਿੱਚ ਦਿਖਾਇਆ ਜਾਂਦਾ ਵੀ ਇੱਕ ਮਿਸਟਰੀ ਜੀ ਬਣੀ ਹੋਈ ਹੈ ਵੀ ਤੁਸੀਂ ਆਏ ਹੋ, ਪਤਾ ਨਹੀਂ ਕੀ ਕਰਨ ਆਏ ਹੋ, ਕਦੇ ਕੁਛ ਆ ਕਦੇ ਕੁਛ ਆ, ਥੋੜ੍ਹਾ ਜਿਹਾ ਜੇ ਆਪਣੇ ਆਪ ਨੂੰ ਤੁਸੀਂ ਇਹਦੇ ਵਿੱਚ ਢਾਲਣਾ ਚਾਹੋ ਤਾਂ ਤੁਸੀਂ ਕੀ ਕਹਿਣਾ ਚਾਹੋਗੇ ਪੂਰੀ, ਜੇ ਆਪਾਂ ਹੋਲ ਉਹਦੇ ਵਿੱਚ ਗੱਲ ਕੀਤੀ ਜਾਵੇ ਤੁਹਾਡੇ ਰੋਲ ਦੀ? ਹਾਂਜੀ, ਮੇਰਾ ਰੋਲ ਇਸ ਫਿਲਮ ਦੇ ਵਿੱਚ ਜੀ, ਮੈਂ ਆਪਣਾ ਇੱਕ ਬਿਜ਼ਨਸ ਰਨ ਕਰਦੀ ਹਾਂ ਆਮ, ਜਿਸ ਤਰ੍ਹਾਂ ਆਪਾਂ ਹੁੰਦੇ ਆ ਕਰੈਕਟਰ ਉਹਦੇ ਬੜਾ ਨਜ਼ਦੀਕ ਆ, ਇੱਕ ਪੋਜ਼ਿਟਿਵ ਖਿਆਲਾਂ ਵਾਲੀ ਕੁੜੀ ਆ, ਮੇਰਾ ਰੋਲ ਇੱਕ ਜ਼ਿੰਦਗੀ ਨੂੰ ਸੋਹਣੇ ਨਜ਼ਰੀਏ ਨਾਲ, ਚੰਗੇ ਢੰਗ ਨਾਲ, ਖੁਸ਼ ਦਿਲ ਹੋ ਕੇ ਜੀਣ ਵਾਲੀ ਆ, ਹਰ ਚੀਜ਼ 'ਚ ਪੋਜ਼ਿਟਿਵਿਟੀ ਲੱਭਦੀ ਆ, ਕੁਛ ਇਸ ਤਰ੍ਹਾਂ ਦਾ ਪੋਜ਼ਿਟਿਵ ਕਰੈਕਟਰ ਆ ਮੇਰਾ।
ਇਹਨਾਂ ਦੇ ਹਿਸਾਬ ਨਾਲ ਗੱਲ ਕੀਤੀ ਜਾਵੇ ਜਿਵੇਂ ਕਹਿੰਦੇ ਮੇਰਾ ਪੋਜ਼ਿਟਿਵ ਆ, ਔਰ ਜੇ ਤੁਹਾਡਾ ਦੇਖਿਆ ਜਾਵੇ ਟ੍ਰੇਲਰ ਦੇ ਵਿੱਚ ਕਦੇ ਤੁਸੀਂ ਉਦਾਸ ਨਜ਼ਰ ਆ ਰਹੇ ਹੋ, ਕਦੇ ਇੱਕ ਜਿਵੇਂ ਅਬਨੋਰਮਲ ਬੱਚਾ ਹੁੰਦਾ ਉਹਦੇ ਵਿੱਚ ਨਜ਼ਰ ਆ ਰਹੇ ਹੋ, ਕਦੇ ਤੁਹਾਡੇ ਫਾਦਰ ਸਾਹਿਬ ਨੇ ਤੁਸੀਂ ਫਿਲਮ ਦੇ ਵਿੱਚ, ਮੈਨੂੰ ਲੱਗਦਾ ਟ੍ਰੇਲਰ ਦੇ ਵਿੱਚ ਜੇ ਇਹ ਦੇਖਿਆ ਜਾਵੇ ਵੀ ਤੁਸੀਂ ਬਹੁਤ ਹੀ ਰਿਚ ਫੈਮਿਲੀ ਨੂੰ ਬਿਲੋਂਗ ਕਰਦੇ ਹੋ, ਤੁਸੀਂ ਥੋੜ੍ਹਾ ਜਿਹਾ ਜੇ ਦੱਸਣਾ ਚਾਹੋ ਵੀ ਕੀ ਤੁਹਾਡਾ ਮੇਨ ਜੇ ਇਹਦੇ 'ਚ ਰੋਲ ਨੂੰ ਆਪਾਂ ਤੁਸੀਂ ਜਸਟੀਫਾਈ ਕਰਦੇ ਹੋ ਪੂਰੀ, ਜੇ ਆਪਾਂ ਸਾਰੇ ਰੋਲਾਂ ਨੂੰ ਲੈ ਕੇ ਜਿਵੇਂ ਤੁਹਾਡੇ ਕਰੈਕਟਰ ਦਿਖਾਏ ਗਏ ਨੇ 3-4 ਤਰ੍ਹਾਂ ਦੇ, ਤੁਸੀਂ ਕੀ ਕਹਿਣਾ ਚਾਹੋ? ਭਾਅ ਜੀ ਦੇਖੋ, ਬੇਸਿਕਲੀ ਜਿੱਦਾਂ ਮਨਜੋਤ ਨੇ ਦੱਸਿਆ ਕਿ ਖੁਸ਼ ਦਿਲ ਇੱਕ ਕਰੈਕਟਰ ਆ, ਕਿ ਉਹ ਪੋਜ਼ਿਟਿਵਿਟੀ ਲੱਭਦੀ ਆ, ਮੇਰਾ ਬੇਸਿਕਲੀ ਜਿਵੇਂ ਆਪਾਂ ਪਹਿਲਾਂ ਵੀ ਗੱਲ ਕਰਦੇ ਸੀ ਕਿ ਸਾਡੀ ਫਿਲਮ ਪੇਰੈਂਟਿੰਗ ਨੂੰ ਕੁਐਸਚਨ ਕਰਦੀ ਆ ਵੀ ਕਿਵੇਂ ਪੇਰੈਂਟਿੰਗ ਇੱਕ ਮਾਂ ਪਿਓ ਆਪਦੇ ਬੱਚਿਆਂ ਨੂੰ ਕਿਵੇਂ, ਉਹਨਾਂ ਦੀ ਕੋਈ ਐਡਮੈਂਟ ਨੇਚਰ ਹੋਣ ਕਰਕੇ ਜਾਂ ਜ਼ਿੱਦੀ ਸੁਭਾਅ ਹੋਣ ਕਰਕੇ ਜਾਂ ਕੋਈ ਵੀ ਚੀਜ਼ ਜੋ ਆਪਦੇ ਜਵਾਕਾਂ ਨੂੰ ਸਿਖਾਉਂਦੇ ਨੇ, ਉਹ ਜੇ ਗਲਤ ਚੀਜ਼ ਜਾਂ ਗਲਤ ਤਰੀਕੇ ਦੀ ਅਪਰੋਚ ਸਿਖਾਈ ਜਾਵੇ ਤਾਂ ਉਵੇਂ ਦੀ ਗਾਹਾਂ ਜਵਾਕ ਨਿਕਲਦੇ ਨੇ, ਫਿਰ ਉਹੀ ਉਹ ਗਾਹਾਂ ਸਿਖਾਉਂਦੇ ਨੇ। ਸੋ ਉਹੀ ਮੇਰੇ ਅਤੇ ਮੇਰੇ ਫਾਦਰ ਵਿੱਚ ਜਿਹੜੀਆਂ ਚੀਜ਼ਾਂ ਚੱਲਦੀਆਂ ਨੇ ਵੀ ਨਾ ਤਾਂ ਹੁਣ ਮੈਂ 25-26 ਸਾਲ ਦੀ ਉਮਰ ਦਾ ਹੋ ਗਿਆ, ਨਾ ਤਾਂ ਆਪਦੀ ਉਹ ਨੇਚਰ ਚੇਂਜ ਕਰ ਸਕਦਾ, ਪਰ ਪਤਾ ਵੀ ਹੈ ਵੀ ਕੁਛ ਚੀਜ਼ਾਂ ਗਲਤ ਨੇ ਕੁਛ ਚੰਗੀਆਂ ਨੇ। ਸੋ ਪੋਜ਼ਿਟਿਵਿਟੀ, ਨੈਗੇਟਿਵਿਟੀ, ਪੇਰੈਂਟਿੰਗ ਅਤੇ ਫਿਰ ਜਿਹੜੀਆਂ ਹੁਣ ਬਾਹਲਾ ਕੁਛ ਉਵੇਂ ਮੈਂ ਰਿਵੀਲ ਨਹੀਂ ਕਰ ਸਕਦਾ ਵੀ ਜਿਵੇਂ ਤੁਸੀਂ ਦੱਸਿਆ ਵੀ ਅਬਨੋਰਮਲ ਕਿੱਡਾ ਜਾਂ ਕੀ ਆ, ਉਹ ਤੁਹਾਨੂੰ ਫਿਲਮ ਦੇਖ ਕੇ ਪਤਾ ਲੱਗੂਗਾ ਵੀ ਅਬਨੋਰਮਲ ਆ ਜਾਂ ਕੀ ਆ ਕੀ ਨਹੀਂ ਹੈਗਾ। ਸੋ ਇਹੀ ਸਵਾਲ ਉਠਾਉਂਦੀ ਆ ਬਾਰ ਬਾਰ ਵੀ ਅਪਰੋਚ, ਜਿਹੜੇ ਕਰੈਕਟਰਸ ਦੀ ਫਿਲਮ ਦੇ ਵਿੱਚ ਪੋਜ਼ਿਟਿਵ ਹੈਗੀ ਆ ਅਤੇ ਜਿਹੜਿਆਂ ਦੀ ਨਹੀਂ ਹੈਗੀ ਉਹ ਕਿਉਂ ਨਹੀਂ ਹੈਗੀ ਅਤੇ ਉਹ ਕਿਵੇਂ ਕਰ ਸਕਦੇ ਹਾਂ ਆਪਾਂ, ਅਤੇ ਉਹ ਆਮ ਸਧਾਰਨ ਲੋਕਾਂ ਦੀ ਜਿਵੇਂ ਆਪਾਂ ਨਿੱਜੀ ਜ਼ਿੰਦਗੀ ਦੇ ਵਿੱਚ ਦੇਖਦੇ ਹਾਂ ਉਹਨਾਂ 'ਤੇ ਬੜੀ ਫਿਲਮ ਲੱਗਦੀ ਆ ਵੀ ਯਾਰ ਆਪਾਂ ਆਮ ਹੀ ਦੇਖਦੇ ਹਾਂ ਵੀ ਇਹਨਾਂ ਕੋਲ ਇੰਨੇ ਰਿਸੋਰਸਿਸ ਨੇ, ਘਰੋਂ ਵਧੀਆ ਨੇ ਸਾਰਾ ਕੁਛ ਆ, ਫਿਰ ਵੀ ਐਂ ਕਾਹਤੋਂ ਜਿਉਂਦੇ ਨੇ, ਆਪਾਂ ਕੁਐਸਚਨ ਕਰਦੇ ਨੇ ਯਾਰ ਇਹਨਾਂ ਨੂੰ ਐਂ ਕੀ ਲੋੜ ਆ ਕਰਨ ਦੀ ਯਾਰ, ਵੀ ਖੁਸ਼ ਰਹੋ ਯਾਰ, ਬਿਨਾਂ ਗੱਲੋਂ ਹੀ ਤੁਸੀਂ ਆਪਦੇ ਆਪ ਨੂੰ ਇੰਨਾ ਦਬਾ ਕੇ ਕਾਹਤੋਂ ਰੱਖਿਆ ਹੋਇਆ। ਸੋ ਇੱਦਾਂ ਇੱਦਾਂ ਦੇ ਕਿਰਦਾਰ ਨੇ ਸਾਡਾ ਉਹਨਾਂ 'ਚ, ਹੁਣ ਉਵੇਂ ਨੈਗੇਟਿਵ ਪਰਸਪੈਕਟਿਵ ਵਾਲਾ, ਬਟ ਉਹਦੇ ਪਿੱਛੇ ਵੀ ਲੌਜਿਕ ਆ ਜੋ ਆਮ ਸੁਸਾਇਟੀ 'ਚ ਆਪਾਂ ਦੇਖਦੇ ਹਾਂ। ਜੇ ਆਪਾਂ ਗੱਲ ਕੀਤੀ ਜਾਵੇ ਸ਼ੂਟਿੰਗ ਦੇ ਦੌਰਾਨ, ਕਿੰਨਾ ਕੁ ਟਫ ਲੱਗਿਆ ਤੁਹਾਨੂੰ ਇਹ ਰੋਲ, ਕਿਉਂਕਿ ਵੱਖ ਵੱਖ ਤੁਹਾਡੇ ਮੈਨੂੰ ਲੱਗਦਾ 3-4 ਜਿਹਨੂੰ ਕਦੀ ਨਾ ਭਾਗਾਂ ਦੇ ਵਿੱਚ ਆਪਾਂ ਵੰਡ ਕੇ ਇਹ ਚੀਜ਼ ਬਣਾਈ ਹੋਈ ਆ, ਕਦੇ ਕੋਈ ਕਦੇ ਕੁਛ ਕੋਈ, ਕਿੰਨਾ ਕੁ ਔਖਾ ਲੱਗਿਆ? ਭਾਅ ਜੀ ਜਿੰਨਾ ਟਾਈਮ ਸਕ੍ਰਿਪਟ ਨਹੀਂ ਆਈ ਸੀ ਉਨਾ ਟਾਈਮ ਤਾਂ ਇਮੈਜੀਨੇਸ਼ਨ ਚੱਲਦੀ ਹੁੰਦੀ ਸੀ ਵੀ ਯਾਰ ਕੀ ਹੋਊਗਾ ਕੀ ਨਹੀਂ। ਜਦੋਂ ਸਕ੍ਰਿਪਟ ਪੜ੍ਹੀ ਤਾਂ ਮੈਂ ਕਰੈਕਟਰ 'ਤੇ ਬਿਲਕੁਲ ਵਰਕ ਨਹੀਂ ਕੀਤਾ, ਮੈਂ ਤਾਂ ਸਿਰਫ ਪੜ੍ਹੀ ਗਿਆ। ਮੈਂ ਘੱਟੋ ਘੱਟ 30-40 ਵਾਰ ਸਕ੍ਰਿਪਟ ਪੜ੍ਹਦੀ ਹੋਣੀ ਆ, ਮੈਂ ਪੜ੍ਹੀ ਗਿਆ ਕੋਈ ਕਰੈਕਟਰ 'ਤੇ ਕੰਮ ਨਹੀਂ ਕੀਤਾ। ਜਦੋਂ ਸਕ੍ਰਿਪਟ ਰੱਟ ਗਈ, ਜਦੋਂ ਸਕ੍ਰਿਪਟ ਸਮਝ ਲੱਗ ਗਈ, ਸਕ੍ਰਿਪਟ 'ਚ ਵੜ ਗਿਆ, ਫਿਰ ਹੌਲੀ ਹੌਲੀ ਕਰੈਕਟਰ ਨੂੰ ਬਣਾਇਆ। ਔਖਾ ਐਵੇਂ ਮੈਂ ਝੂਠ ਬੋਲਾਂ ਸਟਾਰਟਿੰਗ 'ਚ ਲੱਗਿਆ ਸੀ, ਬਟ ਜਦੋਂ ਅਸੀਂ ਇਕੱਠੇ ਟੀਮ ਰਹਿਣ ਲੱਗੇ ਔਖਾ ਬਿਲਕੁਲ ਨਹੀਂ ਲੱਗਿਆ, ਕਿਉਂਕਿ ਪ੍ਰੈਪਰੇਸ਼ਨ ਇੰਨੀ ਸੀਗੀ ਪਹਿਲਾਂ ਅਤੇ ਭਾਅ ਜੀ ਦੀ ਗਾਈਡੈਂਸ ਇੰਨੀ ਤਰੀਕੇ ਨਾਲ ਹੈ ਕਿ ਉਹ ਤੁਹਾਨੂੰ ਸਪੇਸ ਦਿੰਦੇ ਨੇ ਪਲੇ ਕਰਨ ਦੀ, ਵੀ ਤੁਸੀਂ ਖੇਡੋ ਆਪਦੇ ਤਰੀਕੇ 'ਚ, ਤੁਸੀਂ ਕਰੈਕਟਰ ਜੋ ਬਣਾਇਆ ਸਹੀ ਹੋਈ ਹੈ। ਅਤੇ ਮੈਂ ਤਾਂ ਹੁਣ ਸਕ੍ਰਿਪਟ ਪਹਿਲਾਂ ਪੜ੍ਹੀ ਹੋਈ ਸੀ, ਵਧੀਆ ਤਰੀਕੇ ਦੇ ਵਿੱਚ ਢਾਲੀ ਹੋਈ ਸੀ, ਤਾਂ ਕੀ ਕਹਿੰਦੇ ਉਹਨੂੰ, ਘਬਰਾਹਟ ਨਾਲੋਂ ਵੱਧ ਤਾਂ ਐਕਸਾਈਟਮੈਂਟ ਸੀ, ਕਿਉਂਕਿ ਸ਼ੇਡਸ ਇੰਨੇ ਦਿਖਾਉਣ ਦਾ ਮੌਕਾ ਮਿਲਿਆ। ਪਹਿਲੀ ਫਿਲਮ ਦੇ ਵਿੱਚ ਇੱਕ ਐਕਟਰ ਤਾਂ ਡ੍ਰੀਮ ਕਰ ਸਕਦਾ, ਐਕਟਰ ਤਾਂ ਡਰਾਮੈਟਿਕ ਸੀਨ ਦਾ ਭੁੱਖਾ ਹੁੰਦਾ ਜੀ, ਤਾਂ ਇੰਨੇ ਸ਼ੇਡ ਡਰਮੈਟਿਕ ਸ਼ੇਡਸ ਨੇ, ਸਾਰੇ ਤਰਸ ਆਉਣ ਵਾਲੇ ਸ਼ੇਡਸ ਨੇ, ਉਦੋਂ ਵੱਧ ਐਕਟਰ ਕੁਛ ਐਕਸਪੈਕਟ ਹੀ ਨਹੀਂ ਕਰ ਸਕਦਾ। ਸੋ ਬਹੁਤ ਮੈਨੂੰ ਤਾਂ ਖੁਸ਼ੀ ਹੁੰਦੀ ਸੀ ਭਾਅ ਜੀ ਵੀ ਜਲਦੀ ਕੈਮਰੇ ਰੈਡੀ ਹੋਣ, ਵੀ ਰੋਲ ਹੋਵੇ ਅਤੇ ਭਾਅ ਜੀ ਕਹਿਣ ਵੀ ਹਾਂਜੀ ਐਕਸ਼ਨ, ਤਾਂ ਐਕਸਾਈਟਮੈਂਟ ਸੀ, ਨਰਵਸਨੈਸ ਥੋੜ੍ਹੀ ਬਹੁਤ ਸੀਗੀ ਕਿਉਂਕਿ ਪਹਿਲੀ ਫਿਲਮ ਉਹ ਰਹੂਗੀ ਵੀ ਕਿਵੇਂ ਲੋਕ ਲੈਣਗੇ ਕਿਵੇਂ ਨਹੀਂ, ਬਟ ਟ੍ਰੇਲਰ ਨੂੰ ਸਾਰਿਆਂ ਵੱਲੋਂ ਇੰਨਾ ਜ਼ਿਆਦਾ ਪਿਆਰ ਮਿਲ ਰਿਹਾ ਤਾਂ ਮੈਂ ਬਹੁਤ ਗ੍ਰੇਟਫੁੱਲ ਹਾਂ ਭਾਅ ਜੀ। ਕਿਉਂਕਿ ਜੇ ਆਪਾਂ ਗੱਲ ਕੀਤੀ ਜਾਵੇ, ਕਈ ਵਾਰੀ ਆਪਾਂ ਜਦੋਂ ਸਕ੍ਰਿਪਟ ਮਿਲਦੀ ਆ ਆਪਾਂ ਆਮ ਕੀ ਹੁੰਦਾ ਰੱਟਾ ਮਾਰ ਲੈਂਦੇ ਹਾਂ, ਅਤੇ ਰੱਟਾ ਮਾਰ ਕੇ ਆਪਾਂ ਕਹਿੰਦੇ ਵੀ ਚਲੋ ਆਪਾਂ ਆਪਦੇ ਮਾਇੰਡ 'ਚ ਇੱਕ ਇਮੈਜਿਨ ਜੀ ਇਮੈਜੀਨੇਸ਼ਨ ਕਰਕੇ ਆਪਾਂ ਚਲੇ ਜਾਂਦੇ ਵੀ ਆਪਾਂ ਐਂ ਨਹੀਂ ਐਂ ਕਰਨਾ, ਉੱਥੇ ਜਾ ਕੇ ਜਦੋਂ ਡਾਇਰੈਕਟਰ ਦਾ ਕੋਈ ਸੁਭਾਅ ਹੋਰ ਹੁੰਦਾ, ਉਹਨਾਂ ਨੇ ਆਪਣੇ ਹਿਸਾਬ ਨਾਲ ਤੁਹਾਨੂੰ ਢਾਲਣਾ ਹੁੰਦਾ, ਅਤੇ ਇੱਦਾਂ ਦਾ ਵੀ ਕਦੇ ਕੁਛ ਉਹ ਭਾਅ ਜੀ ਹੁੰਦਾ ਤਾਂ ਹੈਗਾ, ਬਟ ਹੁਣ ਪੜ੍ਹਾਈ ਕੀਤੀ ਹੈ ਜੀ, ਟ੍ਰੇਨਿੰਗ ਇਸ ਹਿਸਾਬ ਨਾਲ ਹੋਈ ਹੋਈ ਆ ਵੀ ਕਰੈਕਟਰ ਸੈੱਟ 'ਤੇ ਜਾਣ ਤੋਂ ਪਹਿਲਾਂ ਬਣਾਈ ਦਾ ਤਾਂ ਹੈਗਾ ਵੀ ਕੀ ਉਹਦਾ ਰੁਤਬਾ ਹੋਊ, ਕੀ ਉਹਦੀ ਤੋਰ ਹੋਊ, ਕੀ ਉਹਦੀ ਬਾਡੀ ਲੈਂਗੁਏਜ ਹੋਊ, ਬਟ ਉਹ ਓਨੀ ਕੁ ਬਣਾਈ ਦੀ ਹੈ ਵੀ ਜੇ ਡਾਇਰੈਕਟਰ ਤੁਹਾਨੂੰ ਕਹਿ ਦੇਵੇ ਵੀ ਯਾਰ ਆਹ ਚੀਜ਼ ਬਦਲ ਤਾਂ ਤੁਸੀਂ ਫਸੇ ਨਾ ਰਹਿ ਜਾਓ,
ਵੀ ਐਂ ਨਾ ਹੋਵੇ ਵੀ ਯਾਰ ਮੈਂ ਇਹਦੀ ਤਾਂ ਐਂ ਇਹਦੀ ਮੈਂ ਵੇ ਆਫ ਸਪੀਕਿੰਗ ਇਹਦੇ ਬੋਲ ਐਂ ਬਣਾਏ ਸੀਗੇ ਬਟ ਹੁਣ ਡਾਇਰੈਕਟਰ ਕਹਿੰਦਾ ਵੀ ਨਹੀਂ ਇਹ ਤਾਂ ਓਵਰ ਹੋ ਰਿਹਾ ਜਾਂ ਬਹੁਤ ਜ਼ਿਆਦਾ ਅੰਡਰ ਹੋ ਰਿਹਾ ਤਾਂ ਉਹਨਾਂ ਕੀ ਦਿਮਾਗ 'ਚ ਬਣਾਈ ਦਾ ਵੀ ਮੌਕੇ 'ਤੇ ਸੈੱਟ 'ਤੇ ਨਿਕਲੇ ਤੁਹਾਨੂੰ ਵੀ ਸਰਪ੍ਰਾਈਜ਼ਿੰਗ ਲੱਗੇ ਵੀ ਆਹ ਕਰੈਕਟਰ 'ਚ ਮੈਂ ਕੀ ਇੰਪਰੋਵਾਈਜ਼ ਹੋ ਗਿਆ ਮੈਨੂੰ ਵੀ ਨਹੀਂ ਪਤਾ ਸੀਗਾ ਵੀ ਕੀ ਆ ਹਾਂ ਬਟ ਸਕ੍ਰਿਪਟ ਦੀ ਸਮਝ ਸਕ੍ਰਿਪਟ ਦੀ ਲੇਅਰਿੰਗ ਦੇ ਵਿੱਚ ਤੁਸੀਂ ਅਡੈਪਟ ਕੀਤਾ ਹੋਵੇ ਸਾਰਾ ਕੁਝ ਵੜੇ ਹੋਵੋ ਕਰੈਕਟਰ ਫਿਰ ਮੌਕੇ 'ਤੇ ਡਾਇਰੈਕਟਰ 'ਤੇ ਤੁਹਾਡੇ ਕੰਫਰਟ ਜ਼ੋਨ ਨਾਲ ਹੀ ਨਿਕਲਦਾ ਭਾਅ ਜੀ ਜੇ ਜ਼ਿਆਦਾ ਅਪਰੋਚ ਕਰ ਲਾਂਗੇ ਫਿਰ ਵੀ ਹਾਂ ਨਹੀਂ ਐਂ ਤੁਰੂ ਵੀ ਐਂ ਹੋਊਗਾ ਫਿਰ ਤੁਸੀਂ ਚੇਂਜ ਨਹੀਂ ਕਰ ਸਕਦੇ ਫਿਰ ਰਿਜਿਡ ਹੋ ਜਾਂਦੇ ਹੋ ਤੁਸੀਂ ਸੋ ਉਹ ਚੀਜ਼ ਦਾ ਤਾਂ ਉਹੀ ਚੀਜ਼ ਦੀ ਤਾਂ ਬਿਊਟੀ ਹੈ ਭਾਅ ਜੀ ਉਹੀ ਇੰਪਰੋਵਾਈਜੇਸ਼ਨਾਂ ਦਾ ਤਾਂ ਉਹਦੇ ਲਈ ਤਾਂ ਇੰਨੀ ਮਿਹਨਤ ਕਰੀਦੀ ਆ ਸਟਰੈਗਲ ਕਰੀਦੀ ਆ ਵੀ ਉਹ ਉਵੇਂ ਖੇਡਣ ਦਾ ਮੌਕਾ ਮਿਲੇ ਅਤੇ ਐਪਰੀਸੀਏਸ਼ਨ ਜਦੋਂ ਮਿਲਦੀ ਆ ਭਾਅ ਜੀ ਫਿਰ ਬਸ ਉਹਦੇ ਹੀ ਆਪਣੇ ਰੋਲ ਨਾਲ ਜਸਟੀਫਾਈ ਕੀਤਾ ਫਿਰ ਲੋਕ ਵੀ ਤੁਹਾਨੂੰ ਉਹਦਾ ਰਿਜ਼ਲਟ ਦੇਣਗੇ ਜੀ 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 ਬਸ ਉਹੀ ਆ ਮੇਰੇ ਲਈ ਸਭ ਤੋਂ ਵੱਡੀ ਸੈਟਿਸਫੈਕਸ਼ਨ ਭਾਅ ਜੀ ਜਸਟੀਫਿਕੇਸ਼ਨ ਦਾ ਜਿਹੜਾ ਜਿੱਥੇ ਸਵਾਲ ਆਉਂਦਾ ਇਹ ਸੀ ਵੀ ਜਦੋਂ ਭਾਅ ਜੀ ਨੇ ਮੈਨੂੰ ਫਿਲਮ ਤੋਂ ਬਾਅਦ ਕਿਹਾ ਵੀ ਨਵਦੀਪ ਤੂੰ ਜੋ ਮੈਂ ਚਾਹੁੰਦਾ ਸੀ ਜੋ ਤੂੰ ਜੋ ਮੈਂ ਲਿਖਿਆ ਜਾਂ ਜੋ ਇਹ ਕਰੈਕਟਰ ਦਾ ਸੀ ਵੀ ਤੂੰ ਮਤਲਬ ਮੈਂ ਬਹੁਤ ਜ਼ਿਆਦਾ ਤੁਹਾਡੇ ਤੋਂ ਮੈਂ ਭਾਅ ਜੀ ਉੱਥੇ ਹੀ ਹੋ ਜਾਂਦਾ ਸਾਰੀ ਸੈਟਿਸਫੈਕਸ਼ਨ ਪੂਰੀ ਵੀ ਜਦੋਂ ਤੁਹਾਡੇ ਬੌਸ ਤੁਹਾਡਾ ਕੈਪਟਨ ਤੁਹਾਡੇ ਤੋਂ ਖੁਸ਼ ਆ ਅਤੇ ਪਹਿਲੀ ਫਿਲਮ ਦਾ ਪ੍ਰੈਸ਼ਰ ਵੀ ਹੁੰਦਾ ਭਾਅ ਜੀ ਕਿਉਂਕਿ ਪਹਿਲੀ ਵਾਰੀ ਸਾਈਕੋਲੋਜੀਕਲੀ ਲੋਕਾਂ ਨੇ ਤੁਹਾਨੂੰ ਦੇਖਣਾ ਇਫੈਕਟ ਪੈਣਾ ਵੀ ਯਾਰ ਇਹਦੀ ਰੇਂਜ ਕਿੰਨੀ ਕੁ ਐਜ਼ ਐਨ ਐਕਟਰ ਕਿੰਨੀ ਬਹੁਤ ਕੁਛ ਮਤਲਬ ਉਹ ਚੀਜ਼ਾਂ ਨਾਲ ਵੀ ਡੀਲ ਕਰੀਦਾ ਸੀ ਬਟ ਉਹ ਫਿਰ ਮੇਰਾ ਐਸੋਸੀਏਟ ਡਾਇਰੈਕਟਰ ਸੀ ਜੀਵਾ ਵੀਰਾ ਮੈਂ ਤਾਂ ਬਹੁਤ ਸਿਰ ਖਾਧਾ ਮੈਂ ਕਿਹਾ ਬਾਈ ਪੱਕਾ ਨਾ ਸੈੱਟ ਆ ਨਾ ਵੀ ਠੀਕ ਆ ਵੱਧ ਤਾਂ ਨਹੀਂ ਕੀਤਾ ਨਾ ਬਾਈ ਆਪਾਂ ਉਹ ਕਹਿੰਦਾ ਨਾ ਯਾਰ ਤੂੰ ਟੈਨਸ਼ਨ ਵਾਲੇ ਵਧੀਆ ਯਾਰ ਉਹ ਹੁੰਦਾ ਹੀ ਨਹੀਂ ਭਾਅ ਜੀ ਕੁਛ ਉਹ ਸਿਰ ਖਾਂਦਾ ਹੀ ਆ ਨਵਾਂ ਬੰਦਾ ਹੌਲੀ ਹੌਲੀ ਢਲ ਜਾਂਗੇ ਜੀ ਠੀਕ ਹੋ ਜਾਂਗੇ ਜੇ ਆਪਾਂ ਤੁਹਾਡੀ ਗੱਲ ਕੀਤੀ ਜਾਵੇ ਸਾਨੂੰ ਇਹ ਵੀ ਸੁਣਨ 'ਚ ਆਇਆ ਵੀ ਤੁਸੀਂ ਇੱਕ ਐਕਟਿੰਗ ਦੇ ਨਾਲ ਨਾਲ ਸਿੰਗਰ ਵੀ ਹੋ ਅਤੇ ਇਸ ਫਿਲਮ ਦੇ ਵਿੱਚ ਵੀ ਸ਼ਾਇਦ ਆਪਣਾ ਕੋਈ ਗਾਣਾ ਜੀ ਹਾਂਜੀ ਇਸ ਫਿਲਮ ਦੇ ਵਿੱਚ ਵੀ ਆਪਣਾ ਇੱਕ ਗਾਣਾ ਹੈਗਾ ਰੋਮੈਂਟਿਕ ਟਰੈਕ ਆ ਜੀ ਜੇ ਕਹੋ ਤਾਂ ਮੈਂ ਉਹਦੀਆਂ ਚਾਰ ਲਾਈਨਾਂ ਜ਼ਰੂਰ ਗੁਣਗੁਣਾਉਣਾ ਚਾਹੂੰਗੀ ਜਿੰਨਾ ਤੂੰ ਸੋਹਣਾ ਅੜਿਆ ਉਸ ਤੋਂ ਮਾਸੂਮ ਜ਼ਿਆਦਾ ਤੇਰੇ ਨਾਲ ਉਮਰ ਬਿਤਾਉਣੀ ਸਾਡਾ ਇਹ ਖਰਾ ਇਰਾਦਾ ਸਾਡੇ ਇਰਾਦੇ ਖਾਤਰ ਤੇਰੀ ਹਾਂ ਮੰਗਦੇ ਹਾਂ ਬਣ ਕੇ ਲਲਾਰੀ ਆਪਣੇ ਰੰਗਾਂ ਵਿੱਚ ਰੰਗਦੇ ਹਾਂ ਬਣ ਕੇ ਲਲਾਰੀ ਆਪਣੇ ਰੰਗਾਂ ਵਿੱਚ ਰੰਗਦੇ ਹਾਂ ਜੀ ਬਹੁਤ ਖੂਬ ਕਿਉਂਕਿ ਜੇ ਦੇਖਿਆ ਜਾਵੇ ਮੈਂ ਕਹਿੰਦਾ ਥੋੜ੍ਹੀ ਐਕਟਿੰਗ ਦੇ ਨਾਲ ਨਾਲ ਤੁਸੀਂ ਸਿੰਗਰ ਵੀ ਨਾਲ ਹੀ ਮੰਨ ਲਾ ਹਾਂ ਬਾਈ ਬਹੁਤ ਬਹੁਤ ਵਧੀਆ ਇਹਨਾਂ ਦੇ ਗਾਣੇ ਗੁਣੇ ਵੀ ਆਏ ਆ ਪਹਿਲਾਂ ਬਹੁਤ ਇਹ ਪ੍ਰੋਫੈਸ਼ਨਲੀ ਸਿੰਗਰ ਨੇ ਫਿਰ ਇਹੀ ਤਾਂ ਇਹ ਫਰਕ ਹੁੰਦਾ ਚੰਗਾ ਜਿਹੜਾ ਡਾਇਰੈਕਟਰ ਹੋਵੇ ਚੰਗਾ ਜੇ ਰਾਈਟਰ ਮਿਲ ਜੇ ਤਾਂ ਜੇ ਦੋਨੇ ਚੀਜ਼ਾਂ ਕਹਿੰਦੇ ਹੁੰਦੇ ਆ ਇਕੱਠੀਆਂ ਹੀ ਇੱਕ ਜਗ੍ਹਾ ਹੀ ਕੰਬੀਨੇਸ਼ਨ ਉਹਦਾ ਅਤੇ ਕੰਬਾਈਨ ਹੋ ਜਾਣ ਫਿਰ ਮੈਂ ਕਹਿੰਦਾ ਉਹਦੇ ਵਰਗੀ ਰੀਸੀ ਕੋਈ ਨਹੀਂ ਹੁੰਦੀ ਬਿਲਕੁਲ ਬਿਲਕੁਲ ਬਾਈ ਲਲਾਰੀ ਗਾਣਾ ਜਿਹੜਾ ਮਨਜੋਤ ਨੇ ਗਾਇਆ ਫਿਲਮ ਦੇ ਵਿੱਚ ਉਹ ਵਿਜੂਅਲ ਮੈਂ ਪਹਿਲਾਂ ਚਲੋ ਗਾਣਾ ਤਾਂ ਸੁਣੀ ਲਿਆ ਸੀਗਾ ਬਟ ਜਿਹੜਾ ਵਿਜੂਅਲਸ ਦੇ ਨਾਲ ਜਦੋਂ ਗਾਣਾ ਹੁਣ ਸੁਣੀਦਾ ਵਾ ਮਤਲਬ ਜਿਹੜਾ ਆਪਾਂ ਰਿਲੀਜ਼ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਬਹੁਤ ਕਮਾਲ ਆ ਜੀ ਬਹੁਤ ਵਧੀਆ ਲੱਗਦਾ ਦੇਖ ਕੇ ਨਾਲੇ ਆਪ ਹੋਈਦਾ ਵਿੱਚ ਫਿਰ ਤੁਹਾਨੂੰ ਪਤਾ ਥੋੜ੍ਹਾ ਜਿਹਾ ਵੱਧ ਵਧੀਆ ਲੱਗਦਾ ਜੀ ਸੋ ਡੇਲੀ ਪੋਸਟ ਨਾਲ ਗੱਲਬਾਤ ਕਰਨ ਲਈ ਤੁਹਾਡਾ ਧੰਨਵਾਦ ਜੀ ਥੈਂਕ ਯੂ ਸਰ ਥੈਂਕ ਯੂ ਸੋ ਮਚ ਜੀ ਥੈਂਕ ਯੂ ਸੋ ਮਚ ਥੈਂਕ ਯੂ ਜੀ ਧੰਨਵਾਦ ਥੈਂਕ ਯੂ ਸੋ ਇਹ ਸਨ ਫਿਲਮ ਦੀ ਸਟਾਰਕਾ ਜਿਨ੍ਹਾਂ ਨੇ ਦੱਸਿਆ ਵੀ ਫਿਲਮ ਦੇ ਵਿੱਚ ਕਿਸ ਤਰ੍ਹਾਂ ਉਹਨਾਂ ਨੇ ਆਪਣੇ ਜਿਹੜੇ ਕਿਰਦਾਰ ਨੇ ਉਹਨਾਂ ਨੂੰ ਨਿਭਾਇਆ ਔਰ ਕਿਸ ਤਰ੍ਹਾਂ ਜਿਹੜਾ ਨਿਊ ਕਮਰ ਦੇ ਬਾਵਜੂਦ ਵੀ ਇਹਨਾਂ ਨੇ ਜਿਹੜੇ ਆਪਣੇ ਡਾਇਰੈਕਟਰ ਦਾ ਕਹਿਣਾ ਮੰਨ ਕੇ ਜੋ ਵੀ ਆਪਣੇ ਕਿਰਦਾਰ ਸੀ ਉਹ ਬਾਖੂਬੀ ਉਹਦੇ ਵਿੱਚ ਉਤਰੇ ਨੇ ਔਰ ਬਾਕੀ ਤਾਂ ਹੁਣ ਦਰਸ਼ਕਾਂ ਦੇ ਉੱਪਰ ਉਹ ਕਿਸ ਤਰ੍ਹਾਂ ਇਹਨਾਂ ਨੂੰ ਪਿਆਰ ਦਿੰਦੇ ਨੇ ਇਹ ਤਾਂ ਆਉਣ ਵਾਲਾ ਟਾਈਮ ਹੀ ਦੱਸੇਗਾ ਕਿਉਂਕਿ 8 ਦਸੰਬਰ ਨੂੰ ਇਹ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਔਰ ਥੀਏਟਰਾਂ ਦੇ ਵਿੱਚ ਆਪਣੇ ਪਰਿਵਾਰ ਨਾਲ ਦੇਖੋ ਕਿਉਂਕਿ ਜੇ ਚੰਗੀ ਆਪਾਂ ਫਿਲਮਾਂ ਜਾਂ ਚੰਗੀ ਆਪਾਂ ਸਿਹਤ ਚਾਹੁੰਦੇ ਹਾਂ ਤਾਂ ਇਸ ਤਰ੍ਹਾਂ ਦੀਆਂ ਫਿਲਮਾਂ ਆਪਾਂ ਨੂੰ ਜ਼ਰੂਰ ਦੇਖਣੀਆਂ ਚਾਹੀਦੀਆਂ ਸੋ ਕੈਮਰਾਮੈਨ ਅਨਮੋਲ ਦੇ ਨਾਲ ਭੁਪਿੰਦਰ ਗਰੇਵਾਲ ਡੇਲੀ ਪੋਸਟ ਪੰਜਾਬੀ ਟੋਰੋਂਟੋ ਕੈਨੇਡਾ